ਇਸ ਫਿਲਮ ਜਿਹੜੀ ਜੈ ਭੀਮ ਹੈ ਇਹਦੇ ਵਿੱਚ ਡਾਕਟਰ ਅੰਬੇਡਕਰ ਦਾ ਜਿਹੜਾ ਪੂਰਾ ਜੀਵਨ ਸੰਘਰਸ਼ ਹੈ ਉਹਨੂੰ ਅਸੀਂ ਲੋਕਾਂ ਸਾਹਮਣੇ ਲਿਆ ਰਹੇ ਹਾਂ। ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਸਿਰਫ ਲੋਕ ਇੰਨਾ ਜਾਣਦੇ ਉਹਨੇ ਸੰਵਿਧਾਨ ਬਣਾਇਆ, ਪਰ ਡਾਕਟਰ ਅੰਬੇਡਕਰ ਨੇ ਆਪਣੇ ਜੀਵਨ ਦੇ ਵਿੱਚ 5-6 ਬਹੁਤ ਵੱਡੇ ਅੰਦੋਲਨ ਕੀਤੇ ਆ। ਪਹਿਲਾ ਅੰਦੋਲਨ ਉਹਨਾਂ ਦਾ 1917 ਤੋਂ ਲੈ ਕੇ 1935 ਤੱਕ ਉਹ ਮਨੁੱਖੀ ਅਧਿਕਾਰਾਂ ਲਈ ਸੀ। ਦੂਸਰਾ ਅੰਦੋਲਨ ਉਹਨੇ 1936 ਸ਼ੁਰੂ ਕੀਤਾ ਹੈ, ਉਹ ਉਸ ਵੇਲੇ ਜਿਹੜੀ ਰਾਜੇ ਸੀ 563 ਸਾਡੇ ਰਾਜ ਦੇ ਵਿੱਚ, ਅਤੇ ਜ਼ਮੀਨ ਉਹਨਾਂ ਕੋਲ ਸੀ ਅਤੇ ਉਹਦੇ ਉੱਤੇ ਜਿਹੜੇ ਮਜ਼ਦੂਰ ਅਤੇ ਮਜ਼ਾਰੇ ਸੀ ਉਹਨਾਂ ਨੂੰ ਬੜਾ ਦੁੱਖਮਈ ਜੀਵਨ ਜਿਉਣਾ ਪੈਂਦਾ, ਸ਼ੋਸ਼ਣ ਸੀ ਉਹਨਾਂ ਦਾ। ਉਹਦੇ ਖਿਲਾਫ਼ ਡਾਕਟਰ ਅੰਬੇਡਕਰ ਨੇ ਜਿਹੜਾ ਲੈਂਡ ਟੂ ਦੀ ਟਿਲਰ ਅੰਦੋਲਨ ਕੀਤਾ ਉਹ ਵੀ, ਔਰ ਉਸ ਤੋਂ ਬਾਅਦ ਉਹਨਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ 1942 ਤੋਂ ਲੈ ਕੇ 1947 ਤੱਕ ਜਿਹੜਾ ਇਹ ਦੇਸ਼ ਵੀ ਇੱਕ ਰਹੇ, ਵੰਡਣਾ ਹੋਵੇ ਉਹਦੇ ਉੱਤੇ ਉਹਨੇ ਥੋਟਸ ਔਨ ਪਾਕਿਸਤਾਨ ਔਰ ਪਾਰਟੀਸ਼ਨ ਆਫ ਇੰਡੀਆ ਜਿਹੜੀ ਕਿਤਾਬ ਲਿਖੀ। ਉਹ ਤੋਂ ਬਾਅਦ ਜਿਹੜੀ ਇਸ ਦੇਸ਼ ਦੀ ਔਰਤ ਹੈ ਉਹ ਸਮਾਜ ਦਾ ਹਿੱਸਾ ਹੈਗਾ, ਉਹ ਵੀ ਅਧਿਕਾਰਾਂ ਤੋਂ ਵੰਚਿਤ ਰਹੀ ਹੈਗੀ ਹੈ, ਉਹਨੂੰ ਵੀ ਆਪਣਾ ਟੇਲੈਂਟ ਜਿਹੜਾ ਰਾਜ ਭਾਗ ਦੇ ਵਿੱਚ ਦਿਖਾਉਣ ਦੀ ਓਪਰਚੁਨਿਟੀ ਨਹੀਂ ਦਿੱਤੀ ਹੈਗੀ। ਡਾਕਟਰ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਤਿਆਰ ਕਰਕੇ ਉਹਦੇ ਵਿੱਚ ਉਹਨਾਂ ਨੂੰ ਸਾਰੇ ਰਾਈਟ ਲੈ ਕੇ ਦਿੱਤੇ। ਜਨਰੇਸ਼ਨ ਨੂੰ ਡਾਕਟਰ ਅੰਬੇਡਕਰ ਦਾ ਇਹ ਹੋਈ ਸੀ ਵੀ ਇਹ ਸੰਸਾਰ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਮਨੁੱਖ ਹੈ ਨਾ ਉਹ ਮਨੁੱਖ ਬਣੇ। ਦੱਸੋ ਕੀ ਟੈਕਨੀਕੈਲਿਟੀਜ਼ ਆਉਂਦੀਆਂ ਨੇ ਐਨੀਮੇਸ਼ਨ ਵਿੱਚ, ਕਿੰਨੀ ਕੁ ਪ੍ਰੋਬਲਮ, ਕਿੰਨੀ ਵਰਕਫੋਰਸ ਤੁਹਾਡੇ ਪਿੱਛੇ ਲੱਗਦੀ ਹੈ? ਇਹਦੇ ਵਿੱਚ ਇਹ ਆ ਕਿਉਂਕਿ ਇਹ ਟੋਟਲੀ ਕੰਪਿਊਟਰ ਜਨਰੇਟਡ ਹੁੰਦੀ ਆ, ਔਰ ਤੁਸੀਂ ਕਹਿ ਲਓ ਕਿ ਇੱਕ ਸਕਲਪਚਰ ਜਿੱਦਾਂ ਹੁੰਦੇ ਬੁੱਤ ਹੁੰਦੇ ਆ ਉਹਨਾਂ ਦੇ ਵਿੱਚ ਜਾਨ ਪਾਣੀ ਹੁੰਦੀ ਆ ਐਨੀਮੇਸ਼ਨ ਦੇ ਥਰੂ, ਔਰ ਉਹਦੇ ਵਾਸਤੇ ਸਾਨੂੰ ਐਕਟਰਸ ਦਾ ਵੀ ਸਹਾਰਾ ਲੈਣਾ ਪੈਂਦਾ ਐਕਟਿੰਗ ਵਾਸਤੇ ਕਿ, ਔਰ ਉਸ ਚੀਜ਼ ਨੂੰ ਪਹਿਲਾਂ ਐਕਟਰ ਦੇ ਥਰੂ ਇੱਕ ਸਾਨੂੰ ਰੈਫਰੈਂਸਿਸ ਅਸੀਂ ਪਹਿਲਾਂ ਇਕੱਠੇ ਕਰਦੇ ਹਾਂ ਕਿ ਫਿਰ ਆਪਣੀ ਅਸੀਂ ਆਪਣੀ ਟੈਕਨੀਕਲ ਟੀਮ 'ਚ ਉਸ ਚੀਜ਼ ਨੂੰ ਡਿਸਕਸ ਕਰਦੇ ਹਾਂ ਕਿ ਇਹ ਜਿਹੜਾ ਕਰੈਕਟਰ ਹੈ ਪਰਟੀਕੁਲਰ ਇਹਦੀ ਐਕਟਿੰਗ ਕਿਸ ਐਂਗਲ ਤੋਂ ਹੋਏਗੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਐਕਟਰਸ ਨੂੰ ਬਕਾਇਦਾ ਮੋਸ਼ਨ ਕੈਪਚਰ ਸੂਟ ਪਵਾਉਂਦੇ ਹਾਂ ਤਾਂ ਕਿ ਉਹਨਾਂ ਦੇ ਮੋਸ਼ਨਸ ਨੂੰ ਕੈਪਚਰ ਕੀਤਾ ਜਾਵੇ, ਦੈਨ ਵੀ ਕੈਨ ਅਪਲਾਈ ਇਟ ਔਨ ਸਾਡਾ ਜਿਹੜਾ ਕਰੈਕਟਰ ਬਣਾਇਆ ਹੋਇਆ ਆ ਕੰਪਿਊਟਰ ਜਨਰੇਟਡ।